ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਬੇਟਾ ਸੈਕੰਡ ਚੈਪਟਰ ਸ਼੍ਰੀ ਗੁਰੂ ਅਮਰਦਾਸ ਜੀ ਠੀਕ ਹੈ ਕਾਵ ਕਮਾਈ ਦਾ ਲੈਸਨ ਸੈਕੰਡ ਸ਼੍ਰੀ ਗੁਰੂ ਅਮਰਦਾਸ ਜੀ ਇਹਦੇ ਵਿੱਚ ਫਰਸਟ ਸ਼ਬਦ ਹੈ ਇਹ ਸ਼ਰੀਰਾ ਮੇਰਿਆ ਇਹ ਸ਼ਰੀਰਾ ਮੇਰਿਆ ਇਸ ਜਗ ਮੇ ਹੈ ਆਇ ਕੈ ਕਿਆ ਤੁਬ ਕਰਮ ਕਮਾਇਆ ਇਹ ਕਾਵ ਬੰਦ ਸ਼੍ਰੀ ਗੁਰੂ ਅਮਰਦਾਸ ਜੀ ਦੀ ਅਨਪਮ ਰਚਨਾ ਹੈ ਇਹ ਸ਼ਰੀਰਾ ਮੇਰਿਆ ਵਿੱਚੋਂ ਲਿਆ ਗਿਆ ਹੈ ਜੋ ਕਿ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵ ਕਮਾਈ ਦੇ ਵਿੱਚੋਂ ਦਾ ਹੈ ਇਸ ਵਿੱਚ ਉਸ ਸਰੀਰ ਨੂੰ ਹੀ ਸਫਲ ਆਖਿਆ ਗਿਆ ਹੈ ਜਿਹੜਾ ਸਤਗੁਰ ਦੇ ਨਾਲ ਆਪਣਾ ਮਨ ਜੋੜਦਾ ਹੈ ਮਨੁੱਖੀ ਸਰੀਰ ਉਹੀ ਸਫਲ ਹੈ ਜੋ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ हे ਸ਼ਰੀਰਾ ਮੇਰਿਆ ਇਸ ਯੁੱਗ ਮੇ ਆਇ ਇਸ ਜਗ ਮੇ ਆਇ ਕਹੇ ਸ਼੍ਰੀ ਗੁਰ ਅਮਰਦਾਸ ਜੀ ਕਹਿੰਦੇ ਨੇ ਕਿ ਆਪਣੇ ਸਰੀਰ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ हे ਮੇਰੇ ਸਰੀਰ ਤੂੰ ਇਸ ਸੰਸਾਰ ਵਿੱਚ ਆ ਕੇ ਇਸ ਦੁਨੀਆ ਵਿੱਚ ਜਨਮ ਲੈ ਕੇ ਕੀ ਕਰਮ ਕਮਾਇਆ ਹੈ ਈ ਕਰਮ ਕਮਾਇਆ ਤੂੰਦ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਦੋਂ ਦਾ ਤੂੰ ਇਸ ਸੰਸਾਰ ਵਿੱਚ ਆਇਆ ਹੈ ਤੂੰ ਕੀ ਕਰਮ ਕੀਤੇ ਹਨ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇ ਜਿਸ ਪ੍ਰਮਾਤਮਾ ਨੇ ਤੇਰਾ ਰਚਨ ਰਚਿਆ ਮਤਲਬ ਤੇਰੀ ਰਚਨਾ ਕੀਤੀ ਤੈਨੂੰ ਪੈਦਾ ਕੀਤਾ ਤੈਨੂੰ ਬਣਾਇਆ ਤੂੰ ਉਸ ਦਾ ਸਿਮਰਨ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ ਗੁਰ ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਜਿਨਾਂ ਪੁਰਬ ਲਿਖਿਆ ਪਾਇਆ ਪੁਰਬਲੇ ਕਰਮਾ ਕਰਕੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ ਇਹ ਪਰਮਾਤਮਾ ਦਾ ਨਾਮ ਹੁੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਇਆ ਇਸ ਵਿੱਚ ਗੁਰੂ ਜੀ ਆਪਾ ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖਾਂ ਦਾ ਉਹੀ ਉਹੀ ਮਨੁੱਖੀ ਸਰੀਰ ਪ੍ਰਵਾਨ ਹੁੰਦਾ ਹੈ ਜਿਸ ਸਤਿਗੁਰ ਸਿਉਂ ਚਿਤ ਲਾਇਆ ਜਿਸ ਨੇ ਸਤਿਗੁਰ ਪਰਮਾਤਮਾ ਦੇ ਨਾਲ ਆਪਣੇ ਚਿਤ ਨੂੰ ਜੋੜ ਲਿਆ ਠੀਕ ਹੈ ਨੈਕਸਟ ਹੈ ਇਹ ਨੇਤਰਾ ਮੇਰਿਓ ਇਹ ਨੇਤਰਾ ਮੇਰਿਓ ਹਰ ਤੁਮਹਿ ਜੋਤ ਤਰੀ ਪ੍ਰਸੰਗ ਇਹਦਾ ਵੀ ਐਵੇਂ ਹੋਏਗਾ ਇਹ ਲਾਈਨਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵ ਕਮਾਈ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦੇ ਅਨੁਪਮ ਰਚਨਾ ਇਹ ਨੇਤਰਾ ਮੇਰਿਓ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਉਹਨਾਂ ਨੇ ਆਪਣੀਆਂ ਅੱਖਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਅੱਖਾਂ ਨੂੰ ਪ੍ਰਭੂ ਦੀ ਕਿਰਪਾ ਸਦਕਾ ਮਿਲੀ ਦੀਪ ਦ੍ਰਿਸ਼ਟੀ ਪਰਮਾਤਮਾ ਦੀ ਕਿਰਪਾ ਨਾਲ ਜਿਹੜੀਆਂ ਅੱਖਾਂ ਨੂੰ ਇਹ ਪ੍ਰਭੂ ਦੀ ਕਿਰਪਾ ਨਾਲ ਜਿਹੜੀ ਦਿਵ ਦ੍ਰਿਸ਼ਟੀ ਮਿਲਦੀ ਹੈ ਉਹ ਇਸ ਅੱਖਾਂ ਦੇ ਨਾਲ ਸਰੀਰ ਨੂੰ ਸੰਸਾਰੇ ਸੰਸਾਰ ਨੂੰ ਦੇਖਦਾ ਹੈ ਜਿਹੜਾ ਸੰਸਾਰ ਪਰਮਾਤਮਾ ਦਾ ਰੂਪ ਹੈ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਤਰੀ ਸ਼੍ਰੀ ਗੁਰੂ ਅਮਰਦਾਸ ਜੀ ਆਪਣੀਆਂ ਅੱਖਾਂ ਨੂੰ ਸੰਬੋਧਨ ਕਰਕੇ ਹੋਏ ਕਹਿੰਦੇ ਹਨ ਕਿ ਹੇ ਮੇਰੇ ਨੇਤਰੋ ਪ੍ਰਭੂ ਪ੍ਰੀਤਮ ਨੇ ਤੁਹਾਡੇ ਅੰਦਰ ਵੇਖਣ ਦੀ ਸ਼ਕਤੀ ਅਤੇ ਪ੍ਰਕਾਸ਼ ਪੈਦਾ ਕੀਤਾ ਹੈ ਪ੍ਰਭੂ ਪਰਮਾਤਮਾ ਨੇ ਤੁਹਾਡੇ ਅੰਦਰ ਦੇਖਣ ਦੀ ਸ਼ਕਤੀ ਬਣਾਈ ਹੈ ਹਰ ਵੀ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਉਸ ਪਰਮਾਤਮਾ ਤੋਂ ਬਿਨਾ ਸਾਨੂੰ ਕਿਸੇ ਹੋਰ ਨੂੰ ਨਹੀਂ ਦੇਖਣਾ ਚਾਹੀਦਾ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰਮਰਦਾਸ ਜੀ ਕਹਿੰਦੇ ਨੇ ਕਿ ਇਹ ਵਿਸ਼ਾਲ ਸੰਸਾਰ ਜੋ ਤੁਸੀਂ ਦੇਖ ਰਹੇ ਹੋ ਇਹ ਹਰਕਾਰ ਰੂਪ ਹੈ ਇਹ ਉਸ ਪਰਮਾਤਮਾ ਦਾ ਹੀ ਸਰੂਪ ਹੈ ਹਰ ਰੂਪ ਨਦਰੀ ਆਇਆ ਦਿਵ ਦ੍ਰਿਸ਼ਟੀ ਨਾਲ ਤੱਕਿਆ ਇਸ ਸੰਸਾਰ ਵਿੱਚੋਂ ਪ੍ਰਭੂ ਦਾ ਹੀ ਸਰੂਪ ਦਿਖਾਈ ਦਿੰਦਾ ਹੈ ਜਿਹੜੀ ਅੱਖਾਂ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਹੈ ਇਹਨਾਂ ਅੱਖਾਂ ਦੇ ਨਾਲ ਸਾਨੂੰ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਪ੍ਰਮਾਤਮਾ ਨੂੰ ਹੀ ਦੇਖਣਾ ਚਾਹੀਦਾ ਹੈ ਗੁਰਪ੍ਰਸਾਦ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੀ ਸਤਗੁਰੂ ਮਿਲੇ ਦੀਪ ਦ੍ਰਿਸ਼ਟੀ ਹੋਈ ਗੁਰਪ੍ਰਸਾਦ ਬੁੱਝਿਆ ਜਾ ਵੇਖਾ ਹਰ ਇੱਕ ਹੈ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਅੱਖਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਉਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਇਹ ਨਸੀਬ ਹੋਈਆਂ ਜਿਹੜੀਆਂ ਸ਼ਰੀਰ ਤੇ ਅੱਖਾਂ ਇਸ ਨਾਲ ਹੀ ਸੰਸਾਰ ਵਿੱਚੋਂ ਪ੍ਰਮਾਤਮਾ ਨੂੰ ਪਛਾਣਿਆ ਜਾ ਸਕਦਾ ਹੈ ਜਿਹੜੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਅੱਖਾਂ ਪ੍ਰਾਪਤ ਹੋਈਆਂ ਨੇ ਇਹਨਾਂ ਅੱਖਾਂ ਦੇ ਨਾਲ ਹੀ ਅਸੀਂ ਪ੍ਰਮਾਤਮਾ ਨੂੰ ਪਛਾਣ ਸਕਦੇ ਹਾਂ ਜਦੋਂ ਗੁਰੂ ਦੀ અપਾਰ ਕਿਰਪਾ ਸਦਕਾ ਠੀਕ ਜੋਤ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਹਰਥਾ ਇੱਕੋ ਪ੍ਰਭੂ ਦਾ ਨਿਵਾਸ ਦਿਖਾਈ ਦਿੰਦਾ ਹੈ ਜਦੋਂ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਹਾਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਤਾਂ ਸਾਨੂੰ ਸਿਮਰਨ ਕਰਦੇ ਅਜਿਹੀ ਨਜ਼ਰ ਪ੍ਰਾਪਤ ਹੁੰਦੀ ਹੈ ਜਿਸ ਦੇ ਨਾਲ ਸਾਨੂੰ ਸਿਰਫ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਉਸ ਤੋਂ ਬਿਨਾ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਕਿਉਂਕਿ ਉਸ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੁਝ ਨਹੀਂ ਜਦੋਂ ਤੱਕ ਮੇਰਾ ਉਸ ਸੱਚੇ ਪ੍ਰਭੂ ਨਾਲ ਮਿਲਾਪ ਨਹੀਂ ਸੀ ਹੋਇਆ ਇਹ ਨੇਤਰ ਸੰਸਾਰ ਵਿੱਚ ਵਸਤੀ ਉਸ ਪਰਮਾਤਮਾ ਦੀ વાસ્તਵਿਕਤਾ ਨੂੰ ਵੇਖ ਨਹੀਂ ਸਕਦੇ ਸੀ ਜਦੋਂ ਤੱਕ ਮੈਨੂੰ ਪਰਮਾਤਮਾ ਨਾਲ ਮਿਲਾਪ ਹੀ ਨਹੀਂ ਹੋਇਆ ਜਦੋਂ ਤੱਕ ਮੈਂ ਸਿਮਰਨ ਨਹੀਂ ਕੀਤਾ ਮੈਂ ਪਰਮਾਤਮਾ ਦਾ ਸਿਮਰਨ ਕਰਕੇ ਪਰਮਾਤਮਾ ਨੂੰ ਪਰਮਾਤਮਾ ਨੂੰ ਸਹੀ ਦੇਖਣ ਦੀ ਦ੍ਰਿਸ਼ਟੀ ਪ੍ਰਾਪਤ ਨਹੀਂ ਹੋਈ ਤਾਂ ਮੈਂ ਉਸ ਪਰਮਾਤਮਾ ਨੂੰ ਸਹੀ ਨਹੀਂ ਦੇਖ ਸਕਿਆ ਇਸ ਕਰਕੇ ਇਹ ਨੇਤਰ ਉਹ ਮੇਰੇ ਜਿਹੜੇ ਨੇਤਰ ਸੀ ਉਹਨੇ ਸੀ ਉਹ ਦੇਖ ਨਹੀਂ ਸਕਦੇ ਸੀ ਉਸ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਹੀ ਇਹਨਾਂ ਵਿੱਚ વાਸਤਵਿਕਤਾ ਨੂੰ ਪਛਾਣਨ ਦੀ ਜਿਹੜੀ ਦ੍ਰਿਪ ਦ੍ਰਿਸ਼ਟੀ ਹੈ ਪਰਮਾਤਮਾ ਦੀ ਕਿਰਪਾ ਨਾਲ ਹੀ ਸਾਨੂੰ ਅਜਿਹੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ਜਿਸ ਦੇ ਨਾਲ ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀਆਂ ਇਹਨਾਂ ਅੱਖਾਂ ਨਾਲ ਜੋ ਸਾਨੂੰ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਇਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਓਕੇ